ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਮਾਨ ਦੇ ਦਫ਼ਤਰ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਜੀ। ਉਹਨਾਂ ਦੇ ਵੱਲੋਂ ਇਸ ਮੌਕੇ ਤੇ ਪੰਜਾਬ ਨਿਵਾਸੀਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਗਈਆਂ। ਮੁੱਖ ਮੰਤਰੀ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਜੀ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਲੜਕੀਆਂ ਦੀਆਂ ਲੋਹੜੀਆਂ ਮਨਾਉਣੀਆਂ ਚਾਹੀਦੀਆਂ ਨੇ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ 8 ਮਹੀਨਿਆਂ ਦੇ ਵਿੱਚ ਉਹ ਕੰਮ ਕਰ ਦਿਖਾਏ ਨੇ ਜੋ ਪਿਛਲੇ 70 ਸਾਲਾਂ ਵਿੱਚ ਨਹੀਂ ਹੋ ਸਕੇ ਸੀ। ਪਹਿਲਾਂ ਤਾਂ ਸਾਰੇ ਦੇਸਾਂ ਪ੍ਰਦੇਸਾਂ 'ਚ ਬੈਠਿਆਂ ਨੂੰ, ਸਾਰੇ ਪੰਜਾਬ ਨੂੰ ਲੋਹੜੀ ਦੀਆਂ ਵਧਾਈਆਂ, ਬਹੁਤ ਬਹੁਤ ਵਧਾਈਆਂ। ਦਫ਼ਤਰ 'ਚ ਆਏ ਸੀ, ਬੱਚੇ ਦੇ ਦਫ਼ਤਰ 'ਚ ਆਏ ਸੀ, ਬਹੁਤ ਵਧੀਆ ਲੱਗਿਆ, ਵਧੀਆ ਕੰਮ ਕਰੋ। ਮਾਤਾ ਜੀ ਸਾਰੇ ਪੰਜਾਬ 'ਚ ਘੁੰਮ ਰਹੇ ਹੋ, ਕਿੱਦਾਂ ਦੇਖ ਰਹੇ ਹੋ ਤੁਸੀਂ? ਬਹੁਤ ਵਧੀਆ ਦੇਖ ਰਹੇ ਹਾਂ, ਹੁਣ ਚੱਲੀ ਜਾਂਦਾ, ਬਹੁਤ ਸ਼ੁੱਧ ਕੰਮ ਹੋ ਜਾਂਦੇ ਨੇ। ਬਹੁਤ ਸਾਲ ਹੋ ਗਏ ਸੀ ਗਲਤ ਕੰਮ ਹੋਇਆ ਨੂੰ, ਹਜੇ ਤਾਂ 6-8 ਮਹੀਨੇ ਹੋਏ ਨੇ, ਕੋਈ ਕੀ ਕਹੂਗਾ। ਤਾਂ ਸਟੇਜ ਇਹੀ ਦੇਣਾ, ਤਾਂ ਉਹਨੇ ਬੱਚਿਆਂ ਦੀ ਕੁੜੀਆਂ ਦੀ ਵੀ ਲੋਹੜੀ ਮਨਾਓ, ਕੁੜੀਆਂ ਦੀ ਜਾਣ ਕੇ ਜ਼ਿਆਦਾ ਮਨਾਓ, ਧੀਆਂ ਹੋ ਗਈਆਂ। ਹੁਣ ਤਾਂ ਕੁੜੀਆਂ ਵੀ ਜਿਹੜੇ ਹੈਗਾ ਮੁੰਡੇ ਤੋਂ ਘੱਟ ਨਹੀਂ, ਬੜੇ ਅਹੁਦੇ ਤੇ ਮਨਾ ਗਏ, ਵੱਧ ਰੱਖਦੇ ਹਾਂ ਅਸੀਂ, ਆਪ ਵੱਧ ਰੱਖਦੇ। ਬੱਚੀਆਂ ਦੀ ਲੋਹੜੀ ਵੀ ਮਨਾਓ ਪੰਜਾਬੀਓ, ਜਿੱਥੇ ਜਿੱਥੇ ਬੈਠੇ ਹੋ ਬੱਚੀਆਂ ਨੂੰ ਆਪਦੇ ਨਾਲ ਬੱਚਿਆਂ ਨਾਲ ਵੀ ਪਿਆਰ ਜ਼ਿਆਦਾ। ਜਦੋਂ ਮਾਂ ਦਫ਼ਤਰ 'ਚ ਆ ਜਾਵੇ, ਮਾਂ ਦੇ ਚਰਨ ਪੈ ਜਾਣ, ਇਸ ਤੋਂ ਵੱਡਾ ਦਿਨ ਕਿਹੜਾ ਮੁਬਾਰਕ ਹੋ ਸਕਦਾ ਜੀ? ਅੱਜ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ। ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ, ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਕ੍ਰਾਂਤੀਕਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ, ਇਹਨਾਂ ਦੇ ਮਾਤਾ ਜੀ, ਸਾਡੇ ਮਾਤਾ ਜੀ ਨਾਭੇ MLA ਆਫਿਸ ਦੇ ਵਿੱਚ ਆਏ ਨੇ, ਇੱਥੇ ਚਰਨ ਪਾਏ ਨੇ, ਆਸ਼ੀਰਵਾਦ ਦਿੱਤਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਪਰ ਜਦੋਂ ਮਾਂ ਦਾ ਆਸ਼ੀਰਵਾਦ ਨਾਲ ਹੋਵੇ, ਫਿਰ ਪੰਜਾਬ ਦੀ ਜਿਹੜੀ ਵੀ ਵੱਡੀ ਤੋਂ ਵੱਡੀ ਸਮੱਸਿਆ, ਉਹਦਾ ਹੱਲ ਵੀ ਲਾਜ਼ਮੀ ਹੋਊਗਾ। ਜਿਵੇਂ ਸਾਡੀ ਸਰਕਾਰ, ਮੁੱਖ ਮੰਤਰੀ ਸਾਹਿਬ ਕੰਮ ਕਰ ਰਹੇ ਨੇ, ਔਰ ਤਕਰੀਬਨ 7-8 ਮਹੀਨਿਆਂ ਦੇ ਵਿੱਚ ਉਹ ਕੰਮ ਕਰਤੇ ਜਿਹੜੇ ਪਿਛਲੇ 70 ਸਾਲਾਂ 'ਚ ਨਹੀਂ ਹੋਏ, ਔਰ ਆਉਣ ਵਾਲੇ ਸਮੇਂ 'ਚ ਹੋਰ ਵੀ ਬਿਹਤਰ ਕੰਮ ਹੋਣਗੇ, ਔਰ ਇਸੇ ਤਰੀਕੇ ਨਾਲ ਪੰਜਾਬ ਜਿਹੜਾ ਅੱਗੇ ਤੋਂ ਅੱਗੇ ਵੱਧਦਾ ਜਾਏਗਾ, ਪੰਜਾਬ ਤਰੱਕੀ ਕਰੇਗਾ। ਔਰ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਬਾਹਰਲੇ ਮੁਲਕਾਂ ਵਾਲੇ ਪਾਸੇ ਕੂਚ ਕਰ ਰਹੇ ਸੀ, ਹੌਲੀ ਹੌਲੀ ਉਹਨਾਂ ਦਾ ਇੱਥੇ ਜਿਹੜਾ ਰੁਕਣਾ ਸ਼ੁਰੂ ਹੋ ਜਾਏਗਾ, ਕੰਮ ਕਾਰ ਇੱਥੇ ਸਾਰੇ ਕਰਨਗੇ। ਸੋ ਇਹ ਅੱਜ ਦਾ ਮੁਬਾਰਕ ਦਿਨ ਸੀਗਾ, ਮਾਂ ਸਾਡੇ ਦਫ਼ਤਰ 'ਚ ਆਈ ਹੈ ਤਾਂ ਬੱਚੀਆਂ, ਇਹਨਾਂ ਦੇ ਇਹਨਾਂ ਨੇ ਸਾਨੂੰ ਆਸ਼ੀਰਵਾਦ ਦਿੱਤਾ, ਔਰ ਲੋਹੜੀ ਦੀਆਂ ਮੁਬਾਰਕਾਂ ਵੀ ਦਿੱਤੀਆਂ ਨੇ ਤੁਹਾਨੂੰ ਵੀ ਸਾਰਿਆਂ ਨੂੰ, ਦੇਸ਼ਾਂ ਵਿਦੇਸ਼ਾਂ 'ਚ, ਦੁਨੀਆ ਭਰ ਦੇ ਵਿੱਚ ਜਿਹੜੇ ਵੀ ਪੰਜਾਬੀਅਤ ਨੂੰ ਪਿਆਰ ਕਰਦੇ ਨੇ, ਪੰਜਾਬ ਨੂੰ ਪਿਆਰ ਕਰਦੇ ਨੇ, ਔਰ ਜਿਨ੍ਹਾਂ ਦੀਆਂ ਦੁਆਵਾਂ ਸਦਕਾ ਪੰਜਾਬ ਦੇ ਵਿੱਚ ਪ੍ਰਚੰਡ ਬਹੁਮਤ ਦੀ ਸਰਕਾਰ ਬਣੀ ਹੈ, ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣੇ ਨੇ, ਸਭ ਨੂੰ ਦਿਲ ਦੀ ਗਹਿਰਾਈਆਂ ਤੋਂ ਲੋਹੜੀ ਦੀਆਂ, ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ, ਸ਼ੁਭਕਾਮਨਾਵਾਂ। ਲਾਈਵ ਤੇਜ਼ ਚੈਨਲ ਦੇ ਲਈ ਨਾਭਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ।